ਪਰ ਜਿਹੜੀ ਆਜੀ ਰਾਸਟਰ ਮੈਂਬਰ ਤੇ ਨਾਮਜ਼ਦ ਕੀਤੇ ਉਹਨਾਂ 'ਚ ਬੇਸਵਾਲ ਹੋ ਗਏ ਤੁਸੀਂ ਕੀ ਸਮਝਦੇ ਹੋ ਕਿ ਸਾਰੇ ਜਿਹੜੇ ਨਾਮਜ਼ਦ ਕੀਤੇ ਗਏ ਨੇ ਮੈਂ ਬਸ ਇਹ ਆਮ ਆਦਮੀ ਪਾਰਟੀ ਦੀ ਨੀਤੀ ਦੇ ਮੁਤਾਬਕ ਉਹ ਲੋਕ ਲੋਕਦਿਆਂ ਦੇ ਮੁਤਾਬਕ ਸਹੀ ਨਹੀਂ ਦੇਖੋ ਲਿਬਰਟੀ ਦੀ ਗੱਲ ਇਹ ਆ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਮੁੱਦਿਆਂ ਦੀ ਗੱਲ ਕਰੋਗੇ ਚਾਵਨ ਦੇ ਸਿਧਾਂਤਾਂ ਦੀ ਜਾਂ ਕੀ ਮੰਨਦੀ ਗੱਲ ਤਾਂ ਕਿਤੇ ਨਾ ਕਿਤੇ ਜਿਹੜੀਆਂ ਉਂਗਲੀਆਂ ਉਠੀਆਂ ਸੁਭਾਵਿਕ ਦੀ ਰਾਜਪਾ ਮੈਂਬਰਾਂ ਦੀ ਕੀਤੀ ਕੀਤੀ ਕੀ ਲਾਭਦਤ ਕੀਤੀ ਕੀਆ ਉਹ ਨੈਸ਼ਨਲ ਸਿਆਸੀ ਮਦਦ ਨਦੀ ਬਿਲਕੁਲ ਬਿਲਕੁਲ ਇਹ ਜਿਹੜਾ ਨੈਸ਼ਨਲ ਜਿਹੜੀ ਇਹਨਾਂ ਨੂੰ ਖਟਣੀ ਅੰਧਿਆਸਾ ਉਮੀਦ ਪੰਦਰ ਦੀ ਜਿਹੜੀ ਰਾਜਨੀਤੀ ਕਰਨੀ ਆ ਉਹਨੂੰ ਧਿਆਨ ਵਿੱਚ ਰੱਖ ਕੇ ਇਹ ਦੋ ਆਗੂਆਂ ਨੂੰ ਅੱਗੇ ਭੇਜਿਆ ਗਿਆ ਪੰਜਾਬ ਸਟਾਰ ਟੀਵੀ ਦੇਖ ਰਹੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਲਿਪਰੇ ਪ੍ਰੈਸ਼ਰ ਪੋਰਟ ਦੇ ਵਿੱਚ ਅੱਜ ਪੰਜਾਬ ਦੇ ਸਿਆਸੀ ਮੁੱਦਿਆਂ ਤੇ ਗੱਲ ਕਰਦੇ ਹੋਏ ਅਸੀਂ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਨੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਰਾਜ ਸਭਾ ਮੈਂਬਰ ਨਾਮਜ਼ਦ ਕਰ ਦਿੱਤੇ ਨੇ ਤੇ ਗੱਲ ਚੱਲ ਰਹੀ ਹੈ ਸਿਆਸੀ ਗਲਿਆਰਾਂ ਦੇ ਵਿੱਚ ਕਿ ਸਵਾਲ ਖੜੇ ਹੋ ਰਹੇ ਨੇ ਕਿ ਵਿਭਾਗ ਕਿਸ ਤਰ੍ਹਾਂ ਵੰਡੇ ਨੇ ਜਾਂ ਜਿਹੜੇ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਨੇ ਉਹ ਕਿੰਨੇ ਕੁ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਇੰਨਾ ਮੁੱਦਿਆਂ ਤੇ ਗੱਲ ਦੀ تفصیلی ਨ ਜਾਣਕਾਰੀ ਲੈਣ ਲਈ ਅਸੀਂ ਗੱਲ ਕਰਾਂਗੇ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਸਰਦਾਰ ਜੈਸਿੰਗ ਛਿਬਰ ਜੀ ਦਰਸ਼ਕਾਂ ਵਿੱਚ ਵਖਵਾ ਨਾ ਬਣਦੇ ਉਸ ਇਧਰ ਉਹਨਾਂ ਕੋਲ ਜਾਵਾਂਗੇ ਛਿਬਰ ਸਾਹਿਬ ਸਟਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਧੰਨਵਾਦ ਲਿਬ੍ਰਿਟੀ ਜੀ ਛਿਬਰ ਸਾਹਿਬ ਗੱਲ ਇਹ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਹਮੇਸ਼ਾ ਸਵਾਲ ਖੜੇ ਕਰਨ ਚ ਮੰਨੀ ਜਾਂਦੀ ਹੈ ਪਾਰਟੀ ਤੇ ਲੋਕਾਂ ਦੀ ਗੱਲ ਕਰਦੀ ਮੰਨੀ ਜਾਂਦੀ ਹੈ ਪਰ ਜਿਹੜੇ ਅੱਜ ਰਾਸਵਾ ਮੈਂਬਰ ਤੇ ਨਾਮਜ਼ਦ ਕੀਤੇ ਨੇ ਉਹਨਾਂ 'ਚ ਕਈ ਸਵਾਲ ਉੱਠ ਰਹੇ ਨੇ ਤੁਸੀਂ ਕੀ ਸਮਝਦੇ ਹੋ ਕਿ ਸਾਰੇ ਜਿਹੜੇ ਨਾਮਜ਼ਦ ਕੀਤੇ ਗਏ ਨੇ ਮੈਂਬਰ ਇਹ ਆਮ ਆਦਮੀ ਪਾਰਟੀ ਦੀ ਨੀਤੀ ਦੇ ਮੁਤਾਬਕ ਉਹ ਲੋਕ ਮੁੱਦਿਆਂ ਦੇ ਮੁਤਾਬਕ ਸਹੀ ਨੇ ਦੇਖੋ ਲਿਬਰਟੀ ਦੀ ਗੱਲ ਇਹ ਆ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਮੁੱਦਿਆਂ ਦੀ ਗੱਲ ਕਰੋਗੇ ਜਾਂ ਉਹਨਾਂ ਦੇ ਸਿਧਾਂਤਾਂ ਦੀ ਜਾਂ ਨੀਮਾਂ ਦੀ ਗੱਲ ਕਰੋਗੇ ਤਾਂ ਕਿਤੇ ਨਾ ਕਿਤੇ ਜਿਹੜੀਆਂ ਉਂਗਲੀਆਂ ਉੱਠਣੀਆਂ ਸੁਭਾਵਿਕ ਆ ਹਰ ਪਾਰਟੀ ਦੇ ਵਿੱਚ ਇੱਕ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਹੈ ਉਹ ਆਪਣੇ ਮੁਤਾਬਕ ਫੈਸਲੇ ਲੈਂਦਾ ਹੈ ਜੀ ਹੁਣ ਉਹਨਾਂ ਦੇ ਪਾਰਟੀ ਦੇ ਦੋ ਵੱਡੇ ਆਗੂ ਨੇ ਇੱਕ ਤਾਂ ਜਿਹੜੇ ਰਾਗਵ ਚੱਡਾ ਨੇ ਉਹ ਦਿੱਲੀ ਦੇ ਬਤੈਕ ਨੇ ਜੀ ਠੀਕ ਆ ਹੁਣ ਅਸਤੀਫਾ ਦੇ ਦੇਣਗੇ ਤੇ ਨਾਲ ਦੀ ਨਾਲ ਉਹ ਪੰਜਾਬ ਜਿਹੜਾ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਇੱਥੇ ਦੀ ਉਹਨਾਂ ਦੇ ਸਹਿ ਪਰਿਵਾਰੀ ਸੀਗੇ ਉਪ ਚਾਰਜ ਸੀਗੇ ਜਿਨ੍ਹਾਂ ਨੇ ਇਹ ਸਾਰੀ ਜਿਹੜੀ ਚੋਣ ਪ੍ਰਕਿਰਿਆ ਹੋਈ ਆ ਪੰਜਾਬ ਦੇ ਵਿੱਚ ਜਿਹੜੇ ਕੈਂਡੀਡੇਟ ਲੱਭਣੇ ਆ ਕੈਂਡੀਡੇਟਾਂ ਦੀ ਚੋਣ ਤੋਂ ਲੈ ਕੇ ਚੋਣ ਪ੍ਰਚਾਰ ਕਿਵੇਂ ਕਰਨਾ ਉਹ ਜੋ ਪੂਰੀ ਰਣਨੀਤੀ ਬਣਾਈ ਆ ਤਾਂ ਰਾਗਵ ਚੱਡਾ ਤੇ ਜਿਹੜੇ ਪ੍ਰੋਫੈਸਰ ਸੰਦੀਪ ਪਾਟਕ ਹੋ ਰਹੇ ਨੇ ਜੀ ਇਹਨਾਂ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਥੀ ਈਵਨ ਕੇ ਭਗਵੰਤ ਮਾਨ ਜੀ ਜਾ ਹਰਪਾਲ ਸਿੰਘ ਚੀਮਾ ਹੋਰ ਵੀ ਜਿੰਨੇ ਵੀ ਅਮਨ अरोड़ा ਹੋ ਗਿਆ ਪ੍ਰੋਫੈਸਰ ਬਲਜਿੰਦਰ ਕੌਰ ਹੋ ਗਈ ਕੁਲਤਾਰ ਸੰਧਮ ਜਿਹੜੇ ਪ੍ਰਾਣੇ ਆਗੂ ਤੇ ਉਹਨਾਂ ਨੂੰ ਵੀ ਇਹ ਜਿਹੜੀ ਲੀਡਰਸ਼ਿਪ ਤੀ ਇੱਕ ਤਰ੍ਹਾਂ ਦੇ ਟਿਪਸ ਦਿੰਦੇ ਦੀ ਕਿ ਤੁਸੀਂ ਕੀ ਬੋਲਣਾ ਹੈ ਕੀ ਕਹਿਣਾ ਹੈ ਕੀ ਕਰਨਾ ਹੈ ਇਹ ਦੋ ਬੰਦੇ ਉਹ ਸੀਗੇ ਇਸ ਕਰਕੇ ਹੁਣ ਇਹਨਾਂ ਦੋ ਬੰਦਿਆਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਿਸੇ ਕਰਕੇ ਸਭ ਤੋਂ ਵੱਧ ਜਿਹੜੀ ਆਲੋਚਨਾ ਹੋ ਰਹੀ ਹੈ ਕਿ ਇਹ ਦੋਵੇਂ ਬੰਦੇ ਆ ਜਿਹੜੇ ਇੱਕ ਦਿੱਲੀ ਨੂੰ ਬਿਲੋਂਗ ਕਰਦਾ ਇੱਕ ਸੱਤੇ ਸ਼ਗੜ ਨੂੰ ਬਿਲੋਂਗ ਕਰਦਾ ਭਾਵੇਂ ਕਿ ਦੋਵੇਂ ਪਿੱਲੇ ਲੰਬੇ ਸਮੇਂ ਤੋਂ ਦਿੱਲੀ ਰਹਿ ਰਹੇ ਨੇ ਆਖਰ ਕਿਉਂ ਭੇਜੇ ਨੇ ਸਵਾਲ ਤਾਂ ਇਹ ਪੈਦਾ ਹੋ ਰਿਹਾ ਹੈ ਕਿ ਆਪ ਦੀ ਲੀਡਰਸ਼ਿਪ ਨੂੰ ਰਾਗਵ ਚੱਡਾ ਤੋਂ ਐਮਐਲਏ ਤੋਂ ਰਿਜਾਇਨ ਦਵਾ ਕੇ ਉਹਨੂੰ ਰਾਜ ਸਭਾ ਵਿੱਚ ਭੇਜਣ ਦੇ ਪਿੱਛੇ ਕਾਰਨ ਕੀ ਨੇ ਤਿੰਨ ਆਗੂ ਆ ਜਿਹੜੇ ਉਹ ਪੰਜਾਬ ਦੇ ਨੇ ਉਹ ਕਿਹਜੇ ਆਗੂ ਨੇ ਆਮਤ ਹੈ ਨਹੀਂ ਇਦੇ ਕਰਕੇ ਉਹਨਾਂ ਦੀ ਖਾਸ ਹੋ ਰਹੀ ਹੈ ਇਦੇ ਕਰਕੇ ਕਾਂਗਰਸ ਪਾਰਟੀ ਅਕਾਲੀ ਦਲ ਭਾਰਤੀ ਸਾਂਝ ਜੁਨੀਅਨ ਜਾਂ ਜਿਹੜੇ ਬਸਪਾ ਹੋ ਗਈ ਇਹਨਾਂ ਨੇ ਉਹਨਾਂ ਦੀ ਆਲੋਚਨਾ ਕੀਤੀ ਹੈ ਕਿ ਹਰਪ੍ਰਜਨ ਸਿੰਘ ਭੱਜੀ ਠੀਕ ਹੈ ਕਰੈਕਟਰ ਆ ਦੇਸ਼ ਦੀ ਜਿਹੜੀ ਨਾਮੀ ਸ਼ਖਸੀਅਤ ਆ ਖੇਡਾਂ ਦੇ ਵਿੱਚ ਉਹਨਾਂ ਨੇ ਵੱਡਾ ਮਕਾਮ ਹਾਸਲ ਕੀਤਾ ਹੈ ਦੇਸ਼ ਵਿਦੇਸ਼ ਦੇ ਵਿੱਚ ਇੱਕ ਜਿਹੜਾ ਚਰਚਿਤ ਨਾਮ ਆ ਚਰਚਿਤ ਚਿਹਰਾ ਹੈ ਇਸੇ ਤਰ੍ਹਾਂ ਜਿਹੜੇ ਜਲੰਧਰ ਦੇ ਜਿਹੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆ ਉਹਨਾਂ ਦੇ ਜਿਹੜੇ ਬੀਚ ਚਾਂਸਲਰ ਨੇ ਮਿੱਤਲ ਉਹਨਾਂ ਨੂੰ ਬਣਾਇਆ ਗਿਆ ਇਦਾਂ ਇੱਕ ਲੁਧਿਆਣਾ ਆਂਦੇ ਜਿਹੜੇ ਵੱਡੇ ਕਾਰੋਬਾਰੀ ਨੇ ਉਹ ਵੱਡੇ ਕਾਰੋਬਾਰੀ ਆ ਜਿਹੜੇ ਉਹਨਾਂ ਨੂੰ ਅ ਅਰੋੜਾ ਐ ਮਿਸਟਰ ਅਰੋੜਾ ਉਹਨਾਂ ਨੂੰ ਰਾਜ ਸਭਾ ਵਾਸਤੇ ਨਾਮਜ਼ਦ ਕੀਤਾ ਇਹ ਤਿੰਨ ਪੰਜਾਬ ਦੇ ਜ਼ਰੂਰ ਨੇ ਪਰ ਇਹ ਪੰਜਾਬ ਦੀ ਸਿਆਸਤ ਤੋਂ ਅਣਪਛੇਤੇ ਨੇ ਆ ਮੈਂ ਤੁਹਾਡੇ ਨੇ ਗੱਲ ਐਡ ਕਰ ਦਿਆਂ। ਅ ਨਿਹਦਰ ਸਿੰਘ ਸਿਰਸਾ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਉਹ ਚ ਕਿਹਾ ਹੈ ਕਿ ਬਿਨਾ ਪੱਗਾਂ ਵਾਲੀ ਪੰਜਾਬ ਦੀ ਪਹਿਰ ਵੀ ਕਰਨੀ। ਇਸ ਤੁਸੀਂ ਸਵਾਰਨ ਕਿੰਨੇ ਸਨ। ਦੇਖੋ ਠੀਕ ਆ ਕਿ ਪੱਗਾਂ ਵਾਲੇ ਜਾਂ ਨਹੀਂ ਪੱਗਾਂ ਵਾਲੇ। ਜੀ। ਜਿਹੜੇ ਹਰ ਭਜੇ ਨਾਲ ਜਿਹੜਾ ਉਹਦਾ ਪੱਗ ਬੰਨ੍ਹ ਕੇ ਹੀ ਜਾਊਗਾ। ਬਿਨਾ ਪੱਗਾਂ ਵਾਲੇ ਹੋ ਸਕਦੇ ਆ। ਪਰ ਜੇ ਇਹ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਅ ਜਦੋਂ ਅਕਾਲੀ ਦਲ ਦੇ ਹਿੱਸਾ ਸਿੰਘ ਤਾਂ ਜਿਹੜੇ ਅ ਗੁਜਰਾਲ ਸੀਗੇ ਨਰੇਸ਼ ਗੁਜਰਾਲ ਉਹ ਕਿਤੇ ਪੱਗਾਂ ਵਾਲੇ ਸਨ ਗੱਲ ਤਾਂ ਇਹ ਆ ਕਿ ਤੁਸੀਂ ਮੁੱਦਿਆਂ ਨੂੰ ਕਿਸ ਢੰਗ ਨਾਲ ਚੱਕਦੇ ਆ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਆ ਜਾਂ ਨਹੀਂ ਬਣਦੇ ਪੰਜਾਬ ਦਾ ਹੱਕਾਂ ਦੀ ਗੱਲ ਕਰਦੇ ਆ ਨਹੀਂ ਕਰਦੇ ਇਹ ਗੱਲ ਦੇਖਣ ਵਾਲੀ ਗੱਲ ਹੋਊਗੀ ਅਸੀਂ ਇਹਨੂੰ ਹਿੰਦੂ ਸਿੱਖ ਦਲਤ ਗੈਰ ਦਲਤ ਜਾਂ ਇਲਾਕਿਆਂ ਦੇ ਨਾਲ ਲੈ ਕੇ ਜੇ ਆਪਾਂ ਚਿੱਲਾਂਗੇ ਤਾਂ ਜਿਹੜਾ ਦੇਸ਼ ਦੇ ਵਿੱਚ ਵੰਡੀਆਂ ਪਾਉਣ ਵਾਲੀ ਗੱਲ ਹੋਊਗੀ ਇਹ ਜਿਹੜੀ ਮਨਜਿੰਦਰ ਸੇਰਸਾਵਾਲਾ ਨੇ ਕੀਤੀ ਆ ਉਹੀ ਗੱਲ ਕੀਤੀ ਆ ਜਿਹੜੀ ਭਾਜਪਾ ਪੋਲਰਾਈਜੇਸ਼ਨ ਵਾਲੀ ਗੱਲ ਕਰਦੀ ਆ ਮੈਂ ਜਿਹੜੀ ਗੱਲ ਕਰਨੀ ਚਾਹ ਰਿਹਾ ਸੀਗਾ ਕਿ ਉਹਨਾਂ ਨੂੰ ਕਿਉਂ ਭੇਜਿਆ ਅਸਲ ਗੱਲ ਉਹ ਉਹ ਇਹ ਆ ਕਿ ਇੱਕ ਤਾਂ ਉੱਥੇ ਸੰਜੇ ਸਿੰਘ ਆ ਜਿਹੜਾ ਰਾਸਵਾ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਗਰੁੱਪ ਲੀਡਰ ਕਿਤੇ ਨਾ ਕਿਤੇ ਇਹ ਕੰਸੋਨ ਨਿਕਲ ਕੇ ਆ ਰਹੀਆਂ ਕਿ ਪਾਰਟੀ ਆ ਜਿਹੜੀ ਜਿਹੜੇ ਸੰਜੇ ਸਿੰਘ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਤੋਂ ਬਹੁਤੇ ਖੁਸ਼ ਨਹੀਂ ਹੈ ਜੀ ਹੁਣ ਤੁਸੀਂ ਦੇਖਿਓ ਵੀ ਰਾਗਵ ਚੱਡਾ ਤੇ ਜਦੋਂ ਸੰਦੀਪ ਪਾਠਕ ਜਿੱਤ ਕੇ ਉੱਥੇ ਜਾਣਗੇ ਬਿਨਾਂ ਸ਼ੱਕ ਉਹ ਜਿੱਤੇ ਪਏ ਨੇ ਅੱਜ ਇਹ ਕਾਗਜ਼ਾਂ ਦੀ ਜਿਹੜੀ ਨਾਮਜ਼ਦਗੀ ਦਾ ਲਾਸਟ ਡੇਟ ਸੀ ਕੱਲ ਨੂੰ ਪੜਤਾਲ ਹੋਵੇਗੀ ਕਾਗਜ਼ਾਂ ਦੀ ਕਾਗਜ਼ ਸਹੀ ਪਾਏ ਜਾਣਗੇ ਤੇ ਕੱਲ ਨੂੰ ਇਹ ਉਹਨਾਂ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ ਜੀ ਜਦੋਂ ਉੱਥੇ ਜਾਣਗੇ ਤਾਂ ਮੇਰਾ ਮੰਨਣਾ ਹੈ ਜਾਂ ਮੈਨੂੰ ਲੱਗਦਾ ਕਿ ਸੰਦੀਪ ਪਾਠਕ ਤੇ ਜਿਹੜੇ ਰਾਗਵ ਚੱਡਾ ਇਹ ਉੱਥੇ ਦੇ ਲੀਡਰ ਤੇ ਡਿਊਟੀ ਲੀਡਰ ਬਣਨਗੇ ਹੁਣ ਉੱਥੇ ਕਿਉਂ ਭੇਜਿਆ ਗਿਆ ਇਸ ਕਰਕੇ ਭੇਜਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਸਥ ਗੁਜਰਾਤ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨੇ ਜੀ ਤੇ 2024 ਦੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਜੀ ਜਦੋਂ ਉਹ ਉੱਥੇ ਬੈਠ ਕੇ ਗੱਲਬਾਤ ਕਰਨਗੇ ਉਹ ਦੇਸ਼ ਦੇ ਮੁੱਦੇ ਚੱਕਣਗੇ 2024 ਦਾ ਨਿਸ਼ਾਨਾ ਅਸਲ ਵਿੱਚ ਕੇਜਰੀਵਾਲ ਦਾ ਜਾਨੀ ਪੀਐਮ ਕੇਜਰੀਵਾਲ ਦਾ ਹਾਂ ਜੀ ਉਹ ਕੇਜਰੀਵਾਲ ਦਾ 2024 ਦਾ ਨਿਸ਼ਾਨਾ ਹੈ ਉੱਥੇ ਬੈਠ ਕੇ ਉਹ ਲੋਕ ਕਹਿਤ ਦੇ ਜਿਹੜੇ ਦੇਸ਼ ਭਰ ਦੇ ਮੁੱਦੇ ਹੋਣਗੇ ਉਹਨਾਂ ਨੂੰ ਉਠਾਉਣਗੇ ਉਹਨਾਂ ਨੂੰ ਚੱਕਣਗੇ ਜਦੋਂ ਉੱਥੇ ਚੱਕਣਗੇ ਉਹਦਾ ਪ੍ਰਚਾਰ ਆ ਜਿਹੜਾ ਬਾਕੀ ਸੋਭਿਆਂ ਦੇ ਵਿੱਚ ਫਿਰ ਉਹ ਭੇਜਣਗੇ ਉੱਥੇ ਦੀ ਗੱਲ ਕਰਨਗੇ ਉਸ ਕਰਕੇ ਉਹਨਾਂ ਨੂੰ ਕੌਮੀ ਲੀਡਰ ਦੇ ਤੌਰ ਤੇ ਉਭਾਰਨ ਦੇ ਉਹਨਾਂ ਨੇ ਯਤਨ ਕੀਤੇ ਕਿ ਇਹਨਾਂ ਦੋ ਆਗੂਆਂ ਨੂੰ ਕੌਮੀ ਲੀਡਰ ਦੇ ਤੌਰ ਤੇ ਉਭਾਰਿਆ ਜਾਵੇਗਾ ਦੇਖੋ ਅੱਜ ਰਾਜ ਸਭਾ ਦੇ ਮੈਂਬਰ ਦੇ ਵੱਜੋਂ ਉਹਨਾਂ ਨੇ ਕਾਗਜ਼ ਭਰਿਆ ਸੰਦੀਪ ਪਾਟਕ ਨੇ ਨਾਲ ਦੀ ਨਾਲੇ ਉਹਨਾਂ ਨੂੰ ਹਿਮਾਚਲ ਦਾ ਜਿਹੜਾ ਇੰਚਾਰਜ ਵੀ ਲਗਾ ਦਿੱਤਾ ਗਿਆ ਜੀ ਠੀਕ ਹੈ ਹਿਮਾਚਲਾ ਇੰਚਾਰਜ ਵੀ ਲਗਾ ਦਿੱਤਾ ਕਿਉਂਕਿ ਸਾਰਾ ਜਿਹੜਾ ਨਿਸ਼ਾਨਾ ਉਹ ਹਿਮਾਚਲ ਤੇ 2024 ਦੀਆਂ ਲੋਕ ਸਭਾ ਚੋਣਾਂ ਉਸ ਚੋਣਾਂ ਨੂੰ ਲੈ ਕੇ ਕਿਵੇਂ ਰਣਨੀਤੀ ਬਣਾਉਣਗੇ ਫਿਰ ਉਸ ਕਰਕੇ ਉਹਨਾਂ ਦੀ ਨਜ਼ਰ ਆ ਜਿਹੜੀ ਉਹ ਜਦੋਂ ਦੇਸ਼ ਦਾ ਕੌਮੀ ਲੀਡਰ ਬਣੂਗਾ ਤਾਂ ਕੁਦਰਤੀ ਗੱਲ ਆ ਕਿ ਫਿਰ ਜਿਹੜੇ ਹੋਰ ਲੀਡਰ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਜਾਂ ਕਿਤੇ ਮੰਤ ਉਹ ਕੌਮੀ ਲੀਡਰ ਦੀ ਕਿਤਨਾ ਕਿਤੇ ਪ੍ਰਭਾਵ ਹਟ ਰਹੇ ਨੇ ਨੰਬਰ ਹੀ ਕਿਤੇ ਦੂਜੀ ਗੱਲ ਜਦੋਂ ਉਹ ਰਾਜ ਸਭਾ ਦੇ ਮੈਂਬਰ ਬਣ ਕੇ ਜਾਣਗੇ ਜੀ ਰਾਜ ਸਭਾ ਦੇ ਮੈਂਬਰ ਨੂੰ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਜਾਣ ਵਾਸਤੇ ਉਹਨਾਂ ਨੂੰ ਉਹ ਜਿਹੜੀਆਂ ਫੈਸਿਲਿਟੀਆਂ ਇੱਕ ਰਾਜ ਸਭਾ ਮੈਂਬਰ ਨੂੰ ਮਿਲਣੀਆਂ ਜੀ ਤੁਸੀਂ ਹਵਾਈ ਯਾਤਰਾ ਕਰਨੀ ਤੁਹਾਡੀ ਟ੍ਰੇਨ ਯਾਤਰਾ ਕਰਨੀ ਤੁਸੀਂ ਕਿਤੇ ਹੋਟਲ ਦਾ ਰੈਸਟੋਰੈਂਟ ਚ ਫਾਈਵ ਸਟਾਰ ਚ ਰਹਿਣਾ ਕਈ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਯਾਨੀ ਪ੍ਰੋਟੋਕੋਲ ਮੁਤਾਬਕ ਸਾਰੀ ਕਮੋਡੀਸ਼ਨ ਦਾ ਸਾਰਾ ਪ੍ਰਬੰਧ ਹਾਂ ਇਹ ਗੱਲ ਹੈ ਜੇ ਰਾਗਵ ਛੱਡਾ ਇੱਕ ਵਿਧਾਇਕ ਹੋਣ ਦੇ ਨਾਤੇ ਜਾਂਦੇ ਤਾ ਉਹਨਾਂ ਨੂੰ ਉੰਨੀਆਂ ਸੁੱਖ ਸੁਵਿਧਾਵਾਂ ਸਹੂਲਤਾਂ ਨਹੀਂ ਮਿਲਣੀਆਂ ਤੇ ਪ੍ਰੋਟੋਕੋਲ ਦੇ ਮੁਤਾਬਕ ਜਿੰਨੀਆਂ ਉਹਨਾਂ ਨੂੰ ਬਤੌਰ ਰਾਜ ਸਭਾ ਮੈਂਬਰ ਮਿਲਣੀਆਂ ਹੁਣ ਉਹ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਜਦੋਂ ਕਿਸੇ ਸੂਬੇ 'ਚ ਜਾਊਗਾ ਤਾਂ ਉਹਦਾ ਮਾਨ ਸਤਕਾਰ ਆ ਜਿਹੜਾ ਉਹ ਹੋਵੇਗਾ ਇਸ ਕਰਕੇ ਇਹਨਾਂ ਨੇ ਦੋ ਮੈਂਬਰਾਂ ਨੂੰ ਇੱਕ ਤਾਂ ਪਾਰਟੀ ਦੇ ਵੱਡੇ ਰਣਨੀਤੀਕਾਰ ਨੇ ਉਹਨਾਂ ਨੂੰ ਉੱਥੇ ਭੇਜਿਆ ਕਿਤੇ ਨਾ ਕਿਤੇ ਉੱਥੇ ਆਪਣਾ ਪ੍ਰਚਾਰ ਕਰਨ ਵਾਸਤੇ ਜਿਹੜਾ ਰਾਜ ਸਭਾ ਜਿਹੜਾ ਸਭ ਤੋਂ ਉੱਪਰਲਾ ਸਦਨਾ ਉੱਤੇ ਪਿੱਛੇ ਕਿ ਤਾਂ ਕਿ ਪਾਰਟੀ ਦਾ ਜਿਹੜਾ ਫਲਾ ਹੈ ਉੱਥੇ ਦੇ ਕੀਤਾ ਜਾਵੇ ਉੱਥੇ ਦੀ ਜਿਹੜੀ ਗੱਲ ਆ ਦੇਸ਼ ਭਰ ਦੇ ਵਿੱਚ ਪਹੁੰਚਾਈ ਜਾਵੇ ਕਿ ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਟੈਲੀਵਿਜ਼ਨ ਦੀ ਤੁਸੀਂ ਸਕਰੀਨ ਦੇਖੇ ਕਰੋਗੇ ਕਿਤਨਾ ਕਿਤੇ ਨੈਸ਼ਨਲ ਮੁੱਦੇ ਪਰ ਦੀ ਤੁਹਾਨੂੰ ਕੋਈ ਨਾ ਕੋਈ ਕਲਿੱਕ ਕੋਈ ਨਾ ਕੋਈ ਵਾਈਟ ਕੋਈ ਨਾ ਕੋਈ ਪੰਚ ਮਿਲੇ ਗਏ ਜਰੂਰ ਤੁਹਾਨੂੰ ਪੰਚ ਮਿਲੇਗਾ ਉਹ ਗੱਲ ਫਿਰ ਦੇਸ਼ ਭਰ ਤੇ ਜਾਣਗੇ ਕਿਉਂਕਿ ਮੇਨ ਜਿਹੜਾ ਨਿਸ਼ਾਨਾ ਹੈ ਪਾਰਟੀ ਦਾ ਉਹ 2024 ਆ ਜਾਨੀ ਕਿ ਸ਼ਿਬਰ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਰਾਜ ਸਭਾ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਨਾਮਜ਼ਦਗੀ ਕੀਤੀ ਗਈ ਹੈ ਉਹ ਨੈਸ਼ਨਲ ਸਿਆਸਤ ਨੂੰ ਮੱਦੇ ਨਜ਼ਰ ਕੀਤੀ ਗਈ ਬਿਲਕੁਲ ਬਿਲਕੁਲ ਇਹ ਜਿਹੜਾ ਨੈਸ਼ਨਲ ਜਿਹੜੀ ਇਹਨਾਂ ਦੀ ਗੇਮ ਖੇਡਣੀ ਹੈ ਜਾਂ ਕੌਮੀ ਪੱਧਰ ਦੀ ਜਿਹੜੀ ਰਾਜਨੀਤੀ ਕਰਨੀ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਦੋ ਆਗੂਆਂ ਨੂੰ ਅੱਗੇ ਭੇਜਿਆ ਗਿਆ ਹਾਂ ਫਿਰ ਦੂਸਰਾ ਇਹ ਵੀ ਜਾਨੀ ਜਿਹੜੀ ਲਾਕ ਲਿਸਟ ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਨੂੰ ਸਾਰਾ ਧਿਆਨ ਚ ਰੱਖਦੇ ਕੀਤਾ ਫਿਰ ਆਪਾਂ ਗੱਲ ਆਈਏ ਪੰਜਾਬ ਦੇ ਵਿੱਚ ਜੋ ਆਪਾਂ ਗੱਲ ਕਰੀਏ ਪੰਜਾਬ ਦੇ ਮੰਤਰੀ ਮੰਡਲ ਮੰਤਰੀਆਂ ਦੀ ਸੋਚ ਚੱਕੀ ਗਈ ਸੀਗੀ ਕੈਬਨਿਟ ਦੀ ਵਿਭਾਗ ਨਹੀਂ ਦਿੱਤੇ ਗਏ ਸੀ ਵਿਭਾਗਾਂ ਚ ਤਕਰੀਬਨ ਕਲੀਅਰ ਹੋ ਗਏ ਪਰ ਆਪਾਂ ਗੱਲ ਸ਼ੁਰੂ ਕਰਾਂਗੇ ਸਪੀਕਰ ਤੋਂ ਅ ਕੁਲਤਾਰ ਸਿੰਘ ਸੰਧਵਾ ਬੜੇ ਬੇਵਾਕ ਲੀਡਰ ਨੇ ਬੜਾ ਅੱਛਾ ਬੋਲਦੇ ਨੇ ਹਰ ਮੁੱਦੇ ਤੇ ਬੋਲਦੇ ਨੇ ਪਰ ਉਹਨਾਂ ਨੂੰ ਕੈਸੀ ਸੀਟ ਦੇ ਦਿੱਤੀ ਜਿੱਥੇ ਸਿਰਫ ਇਹੀ ਕਹਿਣਾ ਵੀ ਤੁਸੀਂ ਚੁੱਪ ਕਰੋ ਤੁਸੀਂ ਬੋਲੋ ਤੁਸੀਂ ਇੰਨਾ ਸਮਾਂ ਬੋਲਣਾ ਕਿਤੇ ਨਾ ਕਿਤੇ ਲੱਗਦਾ ਨਹੀਂਗਾ ਕਿ ਇਹ ਉਹਨਾਂ ਦੀ ਯੋਗਤਾ ਨਾਲ ਕਿੰਨੇ ਕਿਤੇ ਨਜ਼ਰ ਅਦਾਜ਼ ਕੀਤਾ ਗਿਆ ਜਾਂ ਕੋਈ ਰਣਨੀਤੀ ਨਹੀਂ 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 ਦੇਖੋ ਜਿਹੜੀ ਸਪੀਕਰ ਦੀ ਪੋਸਟ ਆ ਉਹ ਬਹੁਤ ਅਹਿਮियत ਦੇ ਸੰਵਿਧਾਨਕ ਪੋਸਟ ਆ ਤੁਸੀਂ ਇਹ ਗੱਲ ਮੰਨ ਕੇ ਚੱਲੋ ਪਹਿਲਾਂ ਉਸ ਪੋਸਟ ਪਰ ਜਿਹੜਾ ਨਾਮ ਚੱਲਿਆ ਸੀਗਾ ਜੋ ਚਰਚਾ ਵਿੱਚ ਆਇਆ ਸੀਗਾ ਉਹ ਬੀਬੀ ਸਰਬਜੀਤ ਕੌਰ ਮਾਨੁਕੀ ਦਾ ਨਾਮ ਆਇਆ ਸੀਗਾ ਉਦੋਂ ਤੱਕ ਇਹ ਚੱਲ ਰਹੀ ਸੀਗੀ ਚਰਚਾ ਕਿ ਜਿਹੜੇ 17 ਮੰਤਰੀ ਆ ਜਿਹੜੇ ਉਹ ਬਣਾਏ ਜਾਣਗੇ ਮੁੱਖ ਮੰਤਰੀ ਤੋਂ ਇਲਾਵਾ ਐਜ ਪਰ ਕਨਸਟੀਟਿਊਸ਼ਨ ਜਿਹੜੇ 117 ਦੇ ਹਿਸਾਬ ਨਾਲ ਜਾਨਕੀ 15% ਦੇ ਜਿਹੜੀ ਮੰਤਰੀ ਆ ਉਹ ਬਣਾਏ ਜਾਂਦੇ 18 ਦੇ ਆਪਣੇ ਬਣਦੇ ਆ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਸਾਡੇ ਮੁੱਖ ਮੰਤਰੀ ਤੋਂ ਨੇ ਸੌ ਚੁੱਕ ਲਈ ਭਗਵੰਤ ਮਾਨ ਨੇ ਤਾਂ 17 ਬਣਾਏ ਜਾਣੇ ਸੀਗੇ ਇਸ ਕਰਕੇ ਜਿਹੜੇ ਦੂਜੀ ਵਾਰੀ ਜਿੱਤੇ ਹੋਏ ਵਿਧਾਇਕ ਨੇ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਸਾਨੂੰ ਕੌਣ ਰੋਕਣ ਵਾਲਾ ਹੈ ਤੇ ਅਸੀਂ ਦੂਜੀ ਵਾਰੀ ਜਿੱਤੇ ਹੋਏ ਸਾਡਾ ਨੰਬਰ ਆਇਆ ਹੀ ਆਇਆ ਪਿਆ ਉਸ ਕਰਕੇ ਕਿਤਨਾ ਕਿਤੇ ਬੀਬਾ ਜਿਹੜੀ ਸਰਬਜੀਤ कौर ਮਾਨੂਕੇ ਆ ਉਹ ਵੀ ਚੱਕਮਾ ਖਾ ਗਏ ਉਹਨੇ ਕਹਿ ਕੇ ਨਹੀਂ ਸਪੀਕਰ ਨਹੀਂ ਮੈਂ ਮੰਤਰੀ ਬਣਨਾ ਸਾਡੇ ਮੰਨਿਆ ਜਾ ਰਿਹਾ ਸਮਾਜ ਵਿੱਚ ਕਿ ਜਿਹੜਾ ਮੰਤਰੀ ਆ ਉਹਦਾ ਰੁਤਬਾ ਜਿਹੜਾ ਜ਼ਿਆਦਾ ਹੈ ਜਦਕਿ ਜੇ ਸੰਵਿਧਾਨਕ ਤੌਰ ਤੇ ਪਾਵਰਾਂ ਦੇਖੀਏ ਤੁਸੀਂ ਉਹਦੇ ਕੰਮ ਕਰਨ ਦਾ ਸਟਾਈਲ ਦੇਖੀਏ ਸ਼ਕਤੀਆਂ ਦੇਖੀਏ ਤਾਂ ਸਪੀਕਰ ਕੋਲ ਜ਼ਿਆਦਾ ਹੈ ਤੁਸੀਂ ਦੇਖਿਓ ਜਦੋਂ ਸੈਸ਼ਨ ਚੱਲਦਾ ਹੈ ਜਿਹੜਾ ਮੁੱਖ ਮੰਤਰੀ ਆ ਉਹ ਵੀ ਇੱਕ ਵਾਰੀ ਖੜਾ ਹੋ ਕੇ ਨਮਸਕਾਰ ਕਰਕੇ ਸਪੀਕਰ ਤੋਂ ਪੁੱਛਦਾ ਹੈ ਬੈਠਦਾ ਇਹ ਆਪਣੇ ਉਹਦਾ ਰੁਤਬਾ ਹੁਣ ਜਦੋਂ ਮంత్రి ਉਹਨਾਂ ਨੇ 10 ਬਣਾਏ ਤਾਂ ਫਿਰ ਕਿਤਨਾ ਕੀਤੇ ਸਭ ਨੂੰ ਇਹ ਹੋਗਾ ਵੀ ਸਾਨੂੰ ਛੰਡੇ ਵਾਲੀ ਕਾਰਜਾ ਚਾਹੀਦੀ ਆ ਤਾਂ ਫਿਰ ਉੱਥੇ ਜਿਹੜੀ ਵਾਰੀ ਆ ਫਿਰ ਕੁਲਤਾਰ ਸਿੰਘ ਸੰਧਵਾ ਦੇ ਵੀ ਆਈ ਆ ਕੁਲਤਾਰ ਸਿੰਘ ਸੰਧਵਾ ਨੇ ਵੀ ਸਿਆਣਾ ਤੇ ਪੜਿਆ ਲਿਖਿਆ ਜਿਹੜਾ ਆਗੂ ਆ ਉਹ ਮੰਨੇ ਜਾਂਦਾ ਤੇ ਇਹ ਇਹਨਾਂ ਦਾ ਜਿਹੜਾ ਪਿਸ਼ੋਕਰ ਆ ਸਾਬਕਾ ਜਿਹੜੇ ਰਾਸ਼ਟਰਪਤੀ ਆ ਗਿਆਨੀ ਜੈਲ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨੇ ਇਹ ਇਸ ਕਰਕੇ ਉਹਨਾਂ ਨੂੰ ਪਰਿਵਾਰ ਨੂੰ ਕਿਤਨਾ ਕੀਤੇ ਮਾਣ ਤੇ ਸਤਿਕਾਰ ਦਿੱਤਾ ਹੈ ਪਾਰਟੀ ਹੈ ਜਿਹੜੀ ਇਹਨਾਂ ਦੀ ਸਾਰੇ ਕੈਟਾਗਰੀ ਨੂੰ ਭਾਵੇਂ ਕਿ ਆਪਾਂ ਪਹਿਲਾਂ ਕਹਿ ਕੇ ਹਟਿਆ ਕੇ ਪੋਲਰਾਈਜੇਸ਼ਨ ਕਰਦੀਆਂ ਪਾਰਟੀਆਂ ਅਸੀਂ ਬੀਜੇਪੀ ਪਰ ਸਭ ਤੋਂ ਵੱਧ ਜ਼ੋਰ ਦੋਸ਼ ਲਾਉਂਦੇ ਆ ਕਿ ਬੀਜੇਪੀ ਸਭ ਨਾਲੋਂ ਵੱਧ ਜਿਹੜਾ ਸਿਆਸੀ ਤੇ ਫਿਰਕੂ ਪੱਤਾ ਖੇਡਦੀ ਆ ਪੋਲਰਾਈਜੇਸ਼ਨ ਕਰਦੀ ਆ ਪਰ ਕਿਤਨਾ ਕਿਤ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਵੀ ਜਾਤ ਨੂੰ ਦੇਖ ਕੇ ਧਰਮ ਨੂੰ ਦੇਖ ਕੇ ਜਾਂ ਫਿਰਕਿਆਂ ਨੂੰ ਦੇਖ ਕੇ ਵਰਗ ਵੰਡ ਉਹ ਵੀ ਕਰਦੀਆਂ ਉਹ ਸੇਮ ਇਥੇ ਹੀ ਹੋ ਰਿਹਾ ਕਿਉਂਕਿ ਜਿਹੜਾ ਕੁਲਤਾਰ ਸਿੰਘ ਸੰਧਮਾ BC ਭਾਈਚਾਰੇ ਨਾਲ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਹੈ ਨਾ ਜਿਹੜਾ ਸ਼੍ਰੀਸ਼ਮਤੀ ਦੀ ਕਿਰਪਾ ਚਾਹ ਹਾ ਵਿਹਾ ਪਰਿਵਾਰ ਪਹੁੰਚੇ ਤਾਂ ਕਿਤਨੇ ਕਿਤਿਆਂ ਨੂੰ ਇਹ ਲੱਗੂਗਾ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਊਗਾ ਖਾਸ ਕਰਕੇ ਜਿਹੜੇ BC ਵਰਗ ਨਾਲ ਸੰਬੰਧਿਤ ਲੋਕ ਨੇ ਕਿ ਸਾਡੇ ਭਾਈਚਾਰੇ ਨੂੰ ਵੀ ਕਿਤੇ ਸਤਕਾਰ ਮਿਲਿਆ ਮਾਨ ਸਤਕਾਰ ਮਿਲਿਆ ਇਹ ਗੱਲਾਂ ਇਹਨਾਂ ਨੇ ਕਿਤੇ ਰੱਖੀਆਂ ਇਸ ਕਰਕੇ ਅੱਜ ਜਦੋਂ ਉਹਨਾਂ ਨੂੰ ਚੁਣੇ ਗਏ ਨੇ ਤਾ ਸਾਰਿਆਂ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਤਾਂ ਘੱਟੋ ਘੱਟ ਜਿਹੜੇ ਆਪੋਜੀਸ਼ਨ ਦੇ ਵਿੱਚ ਸੀਗੇ ਚਾਹੇ ਉਹਦੇ ਵਿੱਚ ਤ੍ਰਿਪਤ ਰਜਿੰਦਰ ਬਾਜਵਾ ਹੋ ਗਿਆ ਪ੍ਰਗਟ ਸਿੰਘ ਹੁਣੀ ਹੋਗੇ ਸੁਖਪਾਲ ਸਿੰਘ ਖਹਿਰਾ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਹੋ ਗਿਆ ਮਨਪ੍ਰੀਤ ਯਾਲੀ ਹੋ ਗਿਆ ਡਾਕਟਰ ਨਛੱਤਰਪਾਲ ਜਿਹੜੇ ਬਸਪਾ ਦੇ ਆਗੂ ਵਿਧਾਇਕ ਨੇ ਸਿੰਗਲ ਵਿਧਾਇਕ ਨੇ ਭਾਜਪਾ ਦੇ ਆਗੂ ਨੇ ਜਿਹੜੇ ਅਸ਼wini ਸ਼ਰਮਾ ਜੀ ਉਹਨਾਂ ਸਾਰਿਆਂ ਨੇ ਇੱਕ ਗੱਲ ਕਹੀ ਕਿ ਸਾਨੂੰ ਵਿਰੋਧੀ ਧਿਰ ਨੂੰ ਵੱਧ ਮਾਰਤ ਸਤਕਾਦਣਾ ਸਾਡੀ ਗੱਲ ਸੁਣੀ ਖਾਸ ਕਰਕੇ ਤ੍ਰਿਪਤ ਰਜਿੰਦਰ ਬਾਜਵਾ ਤੇ ਪ੍ਰਗਟ ਸਿੰਘ ਹੁਰਾ ਨੇ ਸੁਖਪਾਲ ਕਹਿਰਾ ਉਹਨਾਂ ਕਿਉਂਕਿ ਉਹ ਉਸ ਸਦਨ ਦੇ ਜਿਹੜਾ ਪਿਛਲਾ ਸਦਨਾ ਉਹਦਾ ਹੀ ਮੈਂਬਰ ਹੈ ਕਿ ਸਪੀਕਰ ਸਾਹਿਬ ਤੁਸੀਂ ਚੁਣਿਆ ਤੁਹਾਨੂੰ ਵਧਾਈਆਂ ਪਰ ਜਦੋਂ ਤੁਸੀਂ ਇੱਧਰ ਆਪੋਜੀਸ਼ਨ ਚ ਬੈਠੇ ਹੁੰਦੇ ਤੇ ਸਭ ਤੋਂ ਵੱਧ ਸਭ ਤੋਂ ਉੱਚੇ ਨਾਰੇ ਤੁਸੀਂ ਲਾਉਂਦੇ ਹੁੰਦੇ ਤੇ ਕਿ ਸਪੀਕਰ ਆ ਜਿਹੜਾ ਇੱਕ ਪਾਸੇ ਦੀ ਦੇਖਦਾ ਹੈ ਜਾਬ ਬੇਦਰਦ ਸਪੀਕਰ ਪਤਾ ਨਹੀਂ ਕੀ ਕੀ ਉਹਨਾਂ ਦੀਆਂ ਉਹਨਾਂ ਨੇ ਗੱਲਾਂ ਦਸੀਆਂ ਕਿ ਹੁਣ ਸਾਨੂੰ ਇਹ ਗੱਲਾਂ ਕਹਿਣੀ ਪਵੇ ਜਿਹੜੀ ਗੱਲ ਤੁਸੀਂ ਆਪਣੇ ਮੂੰਹ ਤੋਂ ਕਹਦੇ ਹੋ ਸਭ ਤੋਂ ਨੂੰ ਕਹਦੇ ਹੁੰਦੇ ਤੇ ਉਹਨਾਂ ਨੇ ਜਣੀ ਕਿ ਇੱਕ ਇਸ਼ਾਰਾ ਕੀਤਾ ਕਿ ਹੁਣ ਤੁਸੀਂ ਜਿਹੜੀਆਂ ਗੱਲਾਂ ਤੁਸੀਂ ਉਸ ਉਸ ਸਮੇਂ ਦੇ ਸਪੀਕਰ ਨੂੰ ਗੱਲ ਕਹਿੰਦੇ ਹੁੰਦੇ ਤੇ ਹੁਣ ਤੁਸੀਂ ਮੰਨੂਗੇ ਜਾਂ ਨਹੀਂ ਮੰਨੋ ਹਾਂ ਹੁਣ ਕਿ ਹੁਣ ਤੁਹਾਡੇ ਪਰ ਉਹ ਬਾਜੀ ਹੱਥ ਦੇ ਵਿੱਚ ਕਮਾਂਡ ਆ ਗਈ ਹੁਣ ਸਾਨੂੰ ਦੇਖਣਾ ਪਵੇਗਾ ਕਿ ਤੁਸੀਂ ਜਿਹੜਾ ਵਿਰੋਧੀ ਧਿਰ ਆ ਉਹਨੂੰ ਕਿੰਨਾ ਮਾਰਦੇ ਸਤਿਕਾਰ ਦਿੰਦੇ ਆ ਇਹ ਗੱਲ ਸਹੀ ਹੈ ਕਿ ਜਿਹੜੀ ਜਦੋਂ ਵਿਰੋਧੀ ਧਿਰ ਆ ਜਿਹੜੀ ਉਹ ਤੁਹਾਨੂੰ ਇੱਕ ਸ਼ੀਸ਼ਾ ਦਿਖਾਉਂਦੀ ਆ ਤੁਹਾਡੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਮੈਂ ਲੋਕਾਂ ਦੇ ਜਿਹੜੇ ਦਰਦ ਆ ਉਹ ਤੁਹਾਨੂੰ ਸਾਡੇ ਸਾਹਮਣੇ ਲਿਆਉਂਦੇ ਅਸਲ ਵਿੱਚ ਕਿਹਾ ਹੀ ਇਹ ਜਾਂਦਾ ਕਿ ਜਦੋਂ ਲੀਡਰ ਆ ਜਿਹੜਾ ਵਿਰੋਧੀ ਧਿਰ ਤੇ ਚੱਲ ਜਾਂਦਾ ਤਾਂ ਉਹਨੂੰ ਲੋਕਾਂ ਦੀਆਂ ਸਮੱਸਿਆਵਾਂ ਮਂ ਯਾਦ ਆ ਜਾਂਦੀਆਂ ਜਦੋਂ ਸੱਤਾ ਵਾਲੀ ਕੁਰਸੀ 'ਤੇ ਬਹਿ ਜਾਂਦਾ ਹੁਕਮਹਰਾਨ ਬਣ ਜਾਂਦਾ ਫਿਰ ਉਹਨਾਂ ਨੂੰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਮੈਂ ਲੋਕਾਂ ਦੇ ਦਰਦ ਦਾ ਉਹ ਹੁਣ ਉਹ ਵਰ ਕਿਤਨਾ ਕਿਤੇ ਉਹਦੀ ਮਜਬੂਰੀ ਬਣ ਜਾਂਦੀ ਹੈ ਫਿਰ ਉਹ ਮੂੰਹ ਥੋੜਾ ਜਿਹਾ ਜ਼ਿਆਦਾ ਬੰਦ ਰੱਖਣ ਲੱਜਿੰਦੇ ਆ ਜਾਂ ਦੇਖਦੇ ਹੋਏ ਅਣਦੇਖਾ ਕਰਦੇ ਨੇ ਬੋਲਣ ਦੀ ਵੀ ਜਾਈ ਫਿਰ ਉਹ ਗੁੰਗੇ ਹੋ ਜਾਂਦੇ ਆ ਇਹ ਸਵੱਸਿਆ ਬਣ ਜਾਂਦੀ ਜੇ ਤੁਸੀਂ ਵਿਰੋਧੀ ਧਿਰ ਚ ਬੈਠਦੇ ਆ ਇਹ ਤੁਹਾਨੂੰ ਪਾਣੀ ਦੀ ਸਮੱਸਿਆ ਗੰਦਾ ਪਾਣੀ ਹਸਪਤਾਲਾਂ 'ਚ ਡਾਕਟਰ ਨਹੀਂ ਹੈਗੇ ਪਸ਼ੂਆਂ ਦੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ ਸੜਕਾਂ ਟੁੱਟੀਆਂ ਹੋਈਆਂ ਛੱਪੜਾਂ ਦੀ ਸਫਾਈ ਦਾ ਮਸਲਾ ਜਿਹੜੀਆਂ ਬੱਸਾਂ ਦਾ ਟਾਈਮ ਟੇਬਲ ਸਾਰੀਆਂ ਗੱਲਾਂ ਤੁਹਾਨੂੰ ਯਾਦ ਆ ਜਾਂਦੀਆਂ ਇਹ ਵਿਰੋਧੀ ਧਿਰ ਦੇ ਵਿੱਚ ਯਾਦ ਆਉਂਦੀਆਂ ਅੱਜ ਉਹਨਾਂ ਨੇ ਇਹੀ ਗੱਲਾਂ ਯਾਦ ਕਰਾਈਆਂ